ਸਮਾਜ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਗੱਲਬਾਤ ਆਈ ਕਿ ਕੈਨੇਡਾ ਦੇ ਵਿੱਚ ਖਾਸ ਕਰਕੇ ਸਾਊਥ ਏਸ਼ੀਆਨ ਭਾਈਚਾਰੇ ਨੂੰ ਪੰਜਾਬੀ ਜਿਹੜੇ ਲੋਕ ਨੇ ਕਈ ਉਹਨਾਂ ਨੇ ਆਪਣੇ ਦੁੱਖ ਸਾਂਝੇ ਕੀਤੇ ਵਿੱਚ ਕਾਲਸ ਆ ਰਹੀਆਂ ਆ ਵੀ ਜਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਮਤਲਬ ਨੁਕਸਾਨ ਕਰਾਂਗੇ ਵੀ ਇਸ ਵਾਰੀ ਤੁਹਾਨੂੰ ਚਿੱਠੀ ਭੇਜ ਰਹੇ ਹਾਂ ਤੇ ਅਗਲੀ ਵਾਰੀ ਗੋਲੀ ਆ ਸਕਦੀ ਹੈ ਤੇ ਕਈ ਘਰਾਂ ਦੇ ਉੱਤੇ ਗੋਲੀਆਂ ਚੱਲੀਆਂ ਵੀ ਇਨਵਰਟਾ ਦੇ ਵਿੱਚ ਕਈ ਘਰਾਂ ਨੂੰ ਅੱਗ ਵੀ ਲਾਈ ਗਈ ਕਈ ਕੁਝ ਹੋਇਆ ਉਹ ਮਾਮਲਾ ਜਿਹੜਾ ਸੀ ਇਹ ਕਿਹਾ ਜਾ ਰਿਹਾ ਸੀ ਕਿ ਇੱਕ ਜੂਰਿਸਡਿਕਸ਼ਨ ਦਾ ਨਹੀਂ ਹੈ ਇਹ ਕਈਆਂ ਦਾ ਵੱਖਰਾ ਹੈ ਸਰੀ ਦੇ ਵਿੱਚ ਵੀ ਐਬਸਪੋਰਟ ਦੇ ਵਿੱਚ ਵੀ ਉਹਦਾਂ ਦੀਆਂ ਕਾਲਜ਼ ਆ ਰਹੀਆਂ ਉਹ ਤੋਂ ਬ੍ਰੈਮਟਨ ਵਿੱਚ ਸੀ ਸ਼ਾਗਤ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਲਜ਼ ਆ ਰਹੀਆਂ ਆ ਜਿਹੜੇ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਤੇ ਇੱਥੇ ਜਿਹੜੇ ਬ੍ਰੈਂਡਾ ਲਾਕ ਨੇ ਆਪਣੇ ਇੱਥੋਂ ਦੇ ਮੇਅਰ ਸਰੀ ਦੇ ਇਹਨਾਂ ਨੇ ਇਕੱਠੇ ਹੋ ਕੇ ਫੈਡਰਲ ਸਰਕਾਰ ਨੂੰ ਚਿੱਠੀ ਲਿਖੀ ਸੀ ਵੀ ਇਸ ਮਾਮਲੇ ਦੇ ਵਿੱਚ ਕੁਝ ਕਰੋ ਜਿਹੜਾ ਉਧਰਲੇ ਪਾਸੇ ਪੀਪਲ ਪੁਲਿਸ ਆ ਉਹਨਾਂ ਨੇ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਸੀ ਜਿਹੜੀ ਇਸ ਚੀਜ਼ ਦੇ ਨਾਲ ਡੀਲ ਕਰ ਰਹੀ ਹੈ ਐਕਸਟਰੋਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਇਹ ਦਸੰਬਰ ਦੇ ਵਿੱਚ ਲਾਂਚ ਕੀਤੀ ਸੀ ਤੇ ਹੁਣ ਇਹਨਾਂ ਨੇ ਕਹਿੰਦੇ ਜਿਹੜੇ 29 ਕੇਸਸ ਨੇ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਤੇ ਇਸ ਮਾਮਲੇ ਦੇ ਵਿੱਚ ਪੰਜ ਗ੍ਰਫਤਾਰੀਆਂ ਕੀਤੀਆਂ ਇਹਨਾਂ ਨੇ ਪੰਜ ਜਣੇ ਨੂੰ ਗ੍ਰਫਤਾਰ ਕੀਤੀਆਂ ਦੋ ਕੁੜੀਆਂ ਇਹਨਾਂ ਦੇ ਵਿੱਚ ਤੇ ਤਿੰਨ ਨੌਜਵਾਨ ਨੇ ਤੇ ਇਹ ਜਿਹੜੇ ਥ੍ਰੈਟਸ ਸੀ ਵਾਇਲੈਂਸ ਸੀਗੀ ਇਹ ਸਾਰੀ ਹੁਣ ਸਾਹਮਣੇ ਆਈ ਹੈ ਕੱਲ ਇਹਨਾਂ ਨੇ ਅੱਜ ਅੱਜ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਹੈ ਸ਼ੈਲੀ ਥੌਮਸਨ ਸੁਪਰਡੈਂਟ ਨੇ ਜਿਹੜੇ ਤੇ ਉਹਨਾਂ ਨੇ ਦੱਸਿਆ ਕਿ 24 ਚਾਰजेस ਲਾਏ ਗਏ ਆ 29 ਐਕਸਟਰੈਕਸ਼ਨ ਦੀਆਂ ਅਟੈਂਪਟਸ ਹੋਈਆਂ ਇਸ ਇਨਵੈਸਟੀਗੇਸ਼ਨ ਦੇ ਥੱਲੇ ਨੌ ਜਿਹੜੇ ਇਨਸਟੈਂਸਸ ਨੇ ਇਹਦੇ ਵਿੱਚ ਉੱਥੇ ਗੋਲੀਆਂ ਚੱਲੀਆਂ ਤੇ ਕੋਈ ਵੀ ਇੰਜਰੀ ਨਹੀਂ ਹੋਈ ਇਸ ਮਾਮਲੇ ਦੇ ਵਿੱਚ ਜਿਹੜੇ ਬਿਜ਼ਨਸ ਆ ਰੈਸਟੋਰੈਂਟਸ ਨੇ ਬੇਕਰੀਜ਼ ਨੇ ਟਰਕਿੰਗ ਆ ਟਰਾਂਸਪੋਰਟੇਸ਼ਨ ਕੰਪਨੀ ਆ ਇੰਡੀਪੈਂਡੈਂਟ ਜਿਹੜੇ ਕਾਰ ਡੀਲਰਸ਼ਿਪ ਆ ਉਹਨਾਂ ਸਾਰਿਆਂ ਨੂੰ ਔਰ ਜਿਹੜੇ ਬਹੁਤੇ ਸਾਊਥ ਏਸ਼ੀਅਨ ਓਨਰ ਨੇ ਉਹਨਾਂ ਨੂੰ ਇਹਦੇ ਨਾਲ ਜਿਹੜਾ ਕੀਤਾ ਗਿਆ ਟਾਰਗੇਟ ਕੀਤਾ ਗਿਆ ਤੇ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੇ ਓਨਰਸ ਨੇ ਉਹਨਾਂ ਨੂੰ ਕਈ ਤਰੀਕਿਆਂ ਨਾਲ ਕੰਟੈਕਟ ਕੀਤਾ ਗਿਆ ਜਾਂ ਫੋਨ ਥਰੂ ਜਾਂ ਸੋਸ਼ਲ ਮੀਡੀਆ ਐਪਸ ਦੇ ਥਰੂ ਜਾਂ ਵੀਡੀਓ ਕਾਲ ਜਰੀ WhatsApp ਆ ਇਹਦੇ ਥਰੂ ਸੋ ਫਾਈਨੈਂਸ਼ੀਅਲ ਡਿਮਾਂਡਸ ਜਿਹੜੀਆਂ ਵਿਕਟਮ ਤੋਂ ਵਿਕਟਮ ਰੇਂਜ ਕਰਦੀਆਂ ਵੱਖਰੀਆਂ ਵੱਖਰੀਆਂ ਕਿਸੇ ਕੋਲ ਕਿੰਨੇ ਮੰਗਦੇ ਆ ਕਿਸੇ ਕੋਲ ਕਿੰਨੇ ਮੰਗਦੇ ਆ ਥਾਮਸਨ ਦੇ ਦੱਸਣ ਦੇ ਅਨੁਸਾਰ ਜਿਹੜੀ ਟਾਸਕ ਫੋਰਸ ਆ ਉਹਨੇ ਜਿਹੜੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਕੈਸ਼ ਜਾਂ ਮਨੀ ਜਿਹੜੀ ਆ ਟਰਾਂਸਫਰ ਕੀਤੀ ਜਾ ਰਹੀ ਹੈ ਕੈਨੇਡੀਅਨ ਡਾਲਰਸ ਦੇ ਵਿੱਚ ਜਾਂ ਇੰਡੀਅਨ ਰੁਪਈਏ ਦੇ ਵਿੱਚ ਇਤਾਂ ਦੀਆਂ ਜਿਹੜੀਆਂ ਐਕਸਟਰਸ਼ਨ ਅਟੈਂਪਟਸ ਹੈਗੀਆਂ ਉਹ ਇਨਵੈਸਟੀਗੇਸ਼ਨ ਦੇ ਵਿੱਚ ਨੇ ਲਾ ਰਨਫੋਰਸਮੈਂਟ ਦੁਆਰਾ ਡਮਿੰਟਨ ਦੇ ਵਿੱਚ ਦੋ ਜਿਹੜੀਆਂ ਨੇ ਕੁਝ ਲੋਅਰ ਮੇਨਲੈਂਡ ਦੇ ਵਿੱਚ ਬੀਸੀ ਦੇ ਵਿੱਚ ਤੇ ਕਈ ਜੂਰਿਸਡਿਕਸ਼ਨਸ ਜਿਹੜੀਆਂ ਉਹ ਜਿਹੜੀਆਂ ਅਮਰੀਕਾ ਦੇ ਵਿੱਚ ਵੀ ਦੱਸੀਆਂ ਜਾ ਰਹੀਆਂ ਸੋ ਅਪੀਲ ਟਾਸਕ ਫੋਰਸ ਜਿਹੜੀ ਹੈ ਇਸ ਦੇ ਉੱਤੇ ਕੰਮ ਕਰ ਰਹੀ ਹੈ ਤੇ ਹੁਣ ਇਹ ਗ੍ਰਿਫਤਾਰੀ ਹੋਈ ਹੈ ਤੇ ਇਸ ਗ੍ਰਿਫਤਾਰੀ ਦੇ ਵਿੱਚ ਵੱਖਰੇ ਵੱਖਰੇ ਚਾਰਜਸ ਲਾਏ ਗਏ ਆ ਇਹਨਾਂ ਦੇ ਵਿੱਚ ਹੁਣ ਅੱਗੇ ਜਾ ਕੇ ਜਿਹੜੀ ਗੱਲਬਾਤ ਸਾਹਮਣੇ ਆਊਗੀ ਕਿ ਕੀ ਇਹਦੇ ਪਿੱਛੇ ਕਾਰਨ ਸੀ ਕੌਣ ਸੀ ਜਾਂ ਕਿਉਂ ਇਹ ਕਰ ਰਿਹਾ ਸੀ ਇਸ ਮਾਮਲੇ ਦੇ ਵਿੱਚ ਜਿਹੜੇ ਉਹਨਾਂ ਨੇ ਇਹਨਾਂ ਦੇ ਪੰਜ ਜਣਿਆਂ ਦੇ ਜਿਹੜੇ ਨਾਂ ਵੀ ਜਾਰੀ ਕੀਤੇ ਆ ਕਿ ਕੌਣ-ਕੌਣ ਆ ਤੇ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਗਗਨਜੀਤ ਸਿੰਘ 23 ਸਾਲ ਉਮਰ ਦਾ ਬ੍ਰੈਂਟਨ ਦਾ ਉਹਨੂੰ ਚਾਰਜ ਕੀਤਾ ਗਿਆ ਐਕਸਟਰੈਕਸ਼ਨ ਦੇ ਨਾਲ ਤੇ ਜਿਹੜੇ ਮਤਲਬ ਕਿਸੇ ਨੂੰ ਮਾਰਨ ਦੀ ਧਮਕੀ ਦੇਣਾ ਤੇ ਹੋਰ ਜਿਹੜੇ ਚਾਰजेस ਲਾਏ ਗਏ ਆ ਤੇ ਐਸੀ ਤਰੀਕੇ ਦੇ ਨਾਲ ਹੀ ਜਿਹੜੇ ਦੂਜੇ ਨੇ ਅਨਮੋਲ ਦੀਪ ਸਿੰਘ ਇਹ ਜਿਹੜੇ ਉਮਰ 23 ਸਾਲ ਦੱਸਦੇ ਆ ਮਿਸੀ ਸਾਗਾ ਤੋਂ ਐਸੀ ਤਰ੍ਹਾਂ ਹੀ ਜਿਹੜੇ ਗगन ਇਹ ਗगन अजीत ਸਿੰਘ ਤੇ ਅਨਮੋਲ ਦੀਪ ਸਿੰਘ ਇਹਨਾਂ ਦੀ ਜਿਹੜੀ ਬੇਲ ਹੀアリング ਆ ਉਹਨੂੰ ਤੇ ਇਹਨਾਂ ਨੂੰ ਇੰਟਰੀਅਰ ਕੋਰਟ ਆਫ ਜਸਟਿਸ ਬ੍ਰੰਟਨ ਦੇ ਵਿੱਚ ਉਹਦੀ ਸੁਣਵਾਈ ਹੋਣੀ ਆ ਹਸ਼ਮੀਤ ਕੌਰ ਦੀ ਉਮਰ 25 ਸਾਲ ਦੱਸਦੇ ਆ ਇਹਦੇ ਉੱਤੇ ਵੀ ਚਾਰजेस ਲੱਗੇ ਆ ਤੇ ਇਸੇ ਤਰ੍ਹਾਂ ਹੀ ਯਮਨ ਜੋਤ ਕੌਰ ਇਹਦੀ ਉਮਰ ਇਕੀ ਸਾਲਾਂ ਇਹਨੂੰ ਵੀ ਇਸ ਮਾਮਲੇ ਦੇ ਵਿੱਚ ਦੋਸ਼ ਲਾਏ ਗਏ ਆ ਤੇ ਇਹ ਐਮਨਜੀਤ ਕੌਰ ਤੇ ਹਾਸ਼ਮਿਤ ਕੌਰ ਜਿਹੜੀਆਂ ਇੰਟੈਰੀਓ ਕੋਰਟ ਆਫ ਜਸਟਿਸ ਆ ਜਿਹੜੀ ਬ੍ਰੰਟਨ ਦੇ ਵਿੱਚ ਕਿਸੇ ਅਗਲੇ ਤਰੀਕ ਦੇ ਉੱਤੇ ਇਹ ਅਟੈਂਡ ਕਰਨ ਗਈਆਂ ਤੇ ਇਸੇ ਤਰ੍ਹਾਂ ਜਿਹੜਾ ਅਰਨਦੀਪ ਥਿੰਦ ਆ ਉਹਦੇ ਉੱਤੇ ਇਹ ਚਾਰजेस ਲਾਏ ਗਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ